ਆਪਾਂ ਆਹ ਵਾਲੀ ਮੁਰਗੀ ਵੀ ਯਾਰ ਬਾਲ ਦਿੱਤੀ ਆ। ਤੁਹਾਡਾ ਭਲਾ ਹੋਏ ਯਾਰ। ਬਾਬੇ ਉਹ ਆ ਗਏ ਜੀ ਛੱਤ 'ਤੇ ਇੱਥੇ ਸਾਰੇ ਚੁੱਕੇ ਯਾਰ ਪੜਦੇ, ਤਾਂ ਕਿਉਂਕਿ ਬਾਰਿਸ਼ ਹੋਈ ਸੀ ਅਤੇ ਤਰਪਾਲਾਂ ਥੱਲੇ ਕਰ ਦਿੱਤੀਆਂ, ਅਤੇ ਹੁਣ ਆਪਾਂ ਇਹਨਾਂ ਨੂੰ ਚੱਕਣ ਵਾਲੇ ਹਾਂ। ਅਤੇ ਚਲੋ ਪਹਿਲੇ ਚੱਕਦੇ ਹਾਂ ਅਤੇ ਫਿਰ ਕਰਾਉਂਦੇ ਤੁਹਾਨੂੰ ਕਬੂਤਰਾਂ ਦਾ ਸ਼ੌਂਕ। ਚੱਲ ਯਾਰ ਇਹਨੂੰ ਚੱਕ ਚੱਕ ਕੇ ਸਾਈਡ 'ਤੇ ਕਰ ਦਈਏ, ਇੱਟਾਂ ਕਰਦੀਆਂ ਸਾਈਡ। ਤਰਪਾਲ 'ਤੇ ਯਾਰ ਪਾਣੀ ਤਾਂ ਨਹੀਂ ਖਲੋਤਾ ਹੈਗਾ, ਇਹਨੂੰ ਕਰ ਦਿੰਦੇ ਗੋਲ ਮੋਲ ਕਰਕੇ। ਅਤੇ ਤਾਂ ਯਾਰ ਆ ਹੀਟਰ ਚੱਕ ਕੇ ਨਾ ਇੱਕ ਇੱਥੇ ਰੱਖ ਦਿੰਦੇ ਉੱਪਰ, ਤਾਂ ਕਿ ਸਾਡੀ ਤਰਪਾਲ ਉੱਡੇ ਨਾ। ਅਤੇ ਲਓ ਜੀ ਸਾਡਾ ਖੁੱਡਾ ਹੋ ਗਿਆ ਜੀ ਨੰਗਾ, ਅਤੇ ਮੁਰਗੀਆਂ ਦੇ ਯਾਰ ਅੱਗੇ ਵੀ ਆਪਾਂ ਤਰਪਾਲ ਕਰ ਦਿੱਤੀ ਸੀ, ਇਹ ਵੀ ਚੱਕ ਕੇ ਉੱਪਰ ਕਰ ਦਿੰਦੇ ਹਾਂ। ਅਤੇ ਲਓ ਬਾਈ ਜੀ ਇਹਨਾਂ ਦਾ ਵੀ ਚੱਕ ਤਾਂ ਪੜਦਾ ਆਪਾਂ ਤਾਂ। ਸਤਿ ਸ਼੍ਰੀ ਅਕਾਲ ਬਾਈ ਜੀ, ਕਿਵੇਂ ਹੋ ਸਾਰੇ? ਠੀਕ ਹੋ? ਸੋ ਆਸ ਕਰਦੇ ਸਾਰੇ ਵਧੀਆ ਹੋਣਗੇ, ਬਿਲਕੁਲ ਠੀਕ ਹੋਣਗੇ। ਸੋ ਚੱਲਦੇ ਹਾਂ ਜੀ, ਖੋਲਦੇ ਹਾਂ ਜੀ ਕਬੂਤਰ, ਅਤੇ ਫਿਰ ਬਾਅਦ ਵਿੱਚ ਖੋਲਦੇ ਹਾਂ ਮੁਰਗੇ। ਲਓ ਜੀ ਖੋਲ ਦਿੱਤਾ ਜੀ ਕਬੂਤਰਾਂ ਦਾ ਖੁੱਡਾ, ਅਤੇ ਕਬੂਤਰ ਆ ਗਏ ਬਾਹਰ। ਕਰੋ ਜੀ ਸ਼ੌਕ ਇਹਨਾਂ ਦਾ। ਅਤੇ ਲਓ ਜੀ ਕਬੂਤਰ ਆ ਗਏ ਆ, ਅਤੇ ਇੱਦਾਂ ਕਰਦੇ ਯਾਰ ਆਪਾਂ ਖੋਲਦੇ ਯਾਰ ਆਪਣੇ ਮੁਰਗੇ ਵੀ। ਅਤੇ ਯਾਰ ਉਹ ਤੋਂ ਪਹਿਲਾਂ ਤੁਹਾਨੂੰ ਇੱਕ ਖੁਸ਼ਖਬਰੀ ਦੱਸਾਂ, ਅਤੇ ਕਾਫੀ ਖੁਸ਼ੀ ਹੋਣੀ ਤੁਹਾਨੂੰ ਵੀ, ਮੈਨੂੰ ਉਮੀਦ ਆ। ਅਤੇ ਤੁਹਾਨੂੰ ਦਿਖਾਲਦੇ ਹਾਂ, ਠੀਕ ਹੈ ਜੀ, ਫਿਰ ਬਹੁਤ ਜ਼ਿਆਦਾ ਖੁਸ਼ੀ ਹੋਏਗੀ। ਆਓ ਇੱਧਰ ਫਿਰ ਦਿਖਾ ਦਈਏ ਤੁਹਾਨੂੰ, ਆਜੋ 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 ਫਿਰ। ਚਲੋ ਜੀ ਇੱਥੇ ਤੁਸੀਂ ਸ਼ੌਕ ਕਰੋ ਪਹਿਲਾਂ ਸਾਡੀ ਮੁਰਗੀ ਜਿਹੜੀ ਸੀ, ਠੀਕ ਹੈ ਜੀ, ਇਹਨੂੰ ਮੈਂ ਉਠਾ ਲੈਣਾ ਯਾਰ। ਆਪਾਂ ਸਵੇਰ ਦੀ ਬੈਠੀ ਆਏ, ਮੈਨੂੰ ਕੱਲ੍ਹ ਦੀ ਬੈਠੀ ਹੈ, ਸਵੇਰੇ ਆਪਾਂ ਨਹੀਂ ਉਠਾਲੀ। ਅਤੇ ਇੱਧਰਲੀ ਸਾਈਡ 'ਤੇ ਕਰੋ ਜੀ ਸ਼ੌਕ। ਆਪਾਂ ਆਹ ਵਾਲੀ ਮੁਰਗੀ ਵੀ ਯਾਰ ਬਾਲ ਦਿੱਤੀ ਆ। ਤੁਹਾਡਾ ਭਲਾ ਹੋਏ ਯਾਰ। ਉਹ ਮੈਂ ਤਾਂ ਡਰ ਗਿਆ ਯਾਰ ਕਿਤੇ। ਆਹ ਦੇਖੋ ਠੀਕ ਹੈ ਜੀ, ਇਹਦੇ ਥੱਲੇ ਵੀ ਪਾ ਦਿੱਤੇ ਜੀ ਆਪਾਂ ਆਂਡੇ। ਯਾਰ ਇਹ ਬਹੁਤ ਜ਼ਿਆਦਾ ਤੰਗ ਕਰਦੀ, ਬਹੁਤ ਜ਼ਿਆਦਾ ਮਤਲਬ ਕਿ ਲੱਗ ਗਿਆ ਸੀ, ਥੋੜ੍ਹਾ ਦੰਦੀਆਂ ਵੜਦੀ ਹੈ ਪੂਰੀ। ਅਤੇ ਕੱਲ੍ਹ ਦੀ ਆਪਾਂ ਇਹਨੂੰ ਸੇਵਾ 'ਤੇ ਬਾਲ ਦਿੱਤਾ ਵਾ, ਠੀਕ ਹੈ ਜੀ। ਕੱਲ੍ਹ ਸ਼ਾਮੀ ਆਪਾਂ ਨੂੰ ਆਂਡੇ ਮਿਲ ਗਏ ਸੀ, ਅਤੇ ਆਪਾਂ ਆਂਡੇ ਰੱਖਦੇ ਹੀ ਫਿਰ ਇਹਦੇ ਥੱਲੇ, ਆਹ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਸੋ ਠੀਕ ਹੈ ਜੀ, ਕਰੋ ਜੀ ਸ਼ੌਂਕ ਇਹਨਾਂ ਦਾ। ਅਤੇ ਇਹ ਸਾਡੀ ਹੁਣ ਮੁਰਗੀ ਹੋ ਗਈ ਜੀ ਸੇਵਾ ਵਾਲੀ, ਆਈ ਮੀਨ ਦੋ ਮੁਰਗੀਆਂ ਸੇਵਾ ਵਾਲੀਆਂ। ਆਪਾਂ ਇਹਨੂੰ ਵੀ ਚੱਕ ਕੇ ਯਾਰ ਬਾਹਰ ਕੱਢ ਹੀ ਦਿੰਦੇ ਇੱਕ ਵਾਰੀ ਆਪ ਹੀ, ਵੈਸੇ ਤਾਂ ਇਹਨੇ ਆਪ ਨਿਕਲਣਾ ਨਹੀਂ ਹੈਗਾ। ਕਿਉਂ ਇਹ ਮੁਰਗੀ ਯਾਰ ਇੰਨੀ ਕੁ ਸੇਵਾ ਨਾ ਕਰਦੀ ਕਿ ਇਹ ਆਪ ਦੇ ਉੱਠਦੀ ਨਹੀਂ ਨਾ ਹੈਗੀ, ਧੱਕਾ ਹੀ ਇਹਨੂੰ ਲਾਉਣਾ ਪੈਂਦਾ ਵਾ, ਧੱਕੇ ਨਾਲ ਹੀ ਬਾਹਰ ਨਿਕਲਦੀ। ਆ ਜਾ ਵੀ ਆ ਜਾ, ਉਹ ਆ ਜਾ ਆ ਜਾ ਆ ਜਾ, ਮੈਂ ਚੱਕ ਕੇ ਕੱਢਦਾ ਤੈਨੂੰ ਬਾਹਰ। ਆਹ ਦੇਖੋ ਇੰਨੀ ਕੁ ਭੋਲੀ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਨੂੰ ਆਪ ਕਹੋ ਅਤੇ ਆਪ ਨਹੀਂ ਨਿਕਲਦੀ, ਧੱਕੇ ਨਾਲ ਹੀ ਉੱਠੀ ਆਪ ਹੀ ਕੱਢਣਾ ਪੈਂਦਾ ਵਾ। ਇੰਨੀ ਸਿਆਣੀ ਆ ਅਤੇ ਇੰਨਾ ਲਗਾਓ ਕਰਦੀ ਆ ਜੀ ਆਂਡਿਆਂ ਦੇ ਉੱਤੇ ਬੈਠੀ, ਮਤਲਬ ਕਿ ਆਪਣੇ ਬੱਚਿਆਂ ਦੇ ਨਾਲ। ਅਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨੀ ਜ਼ਬਰਦਸਤ ਵਾ, ਬਹੁਤ ਹੀ ਵਧੀਆ ਯਾਰ ਮੈਨੂੰ ਇਹ ਲੱਗਦੀ ਹੈ। ਚਲੋ ਜੀ ਆਓ ਗਈ ਜੀ, ਠੀਕ ਹੈ ਜੀ। ਅਤੇ ਆਪਾਂ ਦੋਨੋਂ ਹੀ ਮੁਰਗੀਆਂ ਕੱਢ ਦਿੱਤੀਆਂ ਸੇਵਾ ਵਾਲੀਆਂ, ਇੱਧਰ ਇਹ ਵਾਲੀ ਮੁਰਗੀ ਅਤੇ ਦੂਸਰੀ ਮੁਰਗੀ ਉੱਧਰ ਦੀ ਸਾਈਡ 'ਤੇ ਤੁਸੀਂ ਦੇਖ ਹੀ ਲਈ ਆ, ਜੋ ਕਿ ਬਹੁਤ ਜ਼ਿਆਦਾ ਖਤਰਨਾਕ ਆਪਾਂ ਕਹਿ ਸਕਦੇ ਖੂੰਖਾਰ। ਚਲੋ ਜੀ ਇੱਥੇ ਕਬੂਤਰ ਵੀ ਆਪਾਂ ਕੱਢ ਦਿੱਤੇ, ਕਰ ਲਓ ਸ਼ੌਂਕ ਇਹਨਾਂ ਦਾ ਵੀ। ਇੱਦਾਂ ਕਰਦੇ ਹਾਂ ਆਪਣੇ ਯਾਰ ਰੈਬਿਟ ਵੀ ਖੋਲ੍ਹ ਦਿੰਦੇ ਹਾਂ, ਹੈ ਨਾ, ਰੈਬਿਟ ਵੀ ਬਾਹਰ ਕੱਢ ਦਿੰਦੇ ਹਾਂ। ਆ ਜਾਓ ਬਈ ਤੁਸੀਂ ਵੀ ਆ ਜਾਓ ਵੀ ਆ ਜਾਓ ਯਾਰ। ਆਹ ਦੇਖੋ ਇਹ ਸਾਰਾ ਮੁਰਗੀਆਂ ਨੇ ਖਲਾਰਾ ਪਾਇਆ ਵਾ, ਅੰਦਰ ਵੜ ਕੇ ਅਤੇ ਲੱਤਾਂ ਮਾਰ ਕੇ ਬਾਹਰ ਕੱਢ ਦਿੰਦੀਆਂ ਵਾ। ਫਿਰ ਆਪਾਂ ਝਾੜੂ ਮਾਰਿਆ ਨਹੀਂ, ਫਿਰ ਆਪਾਂ ਇੱਕ ਥਾਂ 'ਤੇ ਇਕੱਠੇ ਕਰ ਦਿੱਤਾ ਹੈ ਬਸ, ਅਤੇ ਸਾਰਾ ਖਲਾਰਾ ਬਾਹਰ ਹੀ ਹੈ। ਚਲੋ ਕੋਈ ਨਾ, ਮੁਰਗੀਆਂ ਨੇ ਫਿਰ ਇੱਕ ਵਾਰੀ ਆਉਣਾ, ਮੈਨੂੰ ਪਤਾ ਹੋ ਜਦੋਂ ਆਪਾਂ ਬਾਹਰ ਕੱਢਾਂਗੇ ਨਾ, ਅਤੇ ਉਹਨਾਂ ਨੇ ਆ ਕੇ ਫਿਰ ਇੱਕ ਵਾਰੀ ਪੂਰਾ ਭੜਥੂ ਪਾਉਣਾ ਵਾ। ਆਹ ਵੀ ਮੁਰਗੀ ਜਾਂਦੀ ਆ, ਇਹ ਸਾਡੀਆਂ ਉੱਥੇ ਜਾ ਕੇ ਲੇਟੀਆਂ ਮਾਰਦੀਆਂ ਹੁੰਦੀਆਂ। ਅਤੇ ਚਲੋ ਇੱਦਾਂ ਕਰਦੀ ਆ, ਅੰਦਰ ਦੇਖੀ ਕਬੂਤਰ ਨਹੀਂ ਕੋਈ ਰਹਿ ਗਿਆ।
ਤੇ ਚਲੋ ਜੀ ਖੋਲਦੇ ਆਪਾਂ ਹੁਣ ਬਾਕੀ ਆਪਣੀਆਂ ਛੋਟੂ ਗੈਂਗ ਤੇ ਆਪਣਾ ਤੂਫਾਨ ਤੇ ਸਾਡੇ ਆ ਜਾਓ ਬਈ ਆ ਲਓ ਜੀ ਹੀਰ ਰਾਂਝਾ ਵੀ ਆਪਣੇ ਆ ਗਏ ਜੀ ਕਰੋ ਜੀ ਸ਼ੌਕ ਸਾਰਿਆਂ ਦਾ ਹੁਣ ਯਾਰ ਪਾਣੀ ਪਾ ਦਈਏ ਨਾ ਪਾਣੀ ਖਤਮ ਹੋ ਗਿਆ ਵਾ ਇਹਨੂੰ ਧੋ ਕੇ ਤੇ ਪਾਣੀ ਪਾ ਦਿੰਦੇ ਆਪਾਂ ਹੋਰ ਲਓ ਬਾਈ ਜੀ ਆਪਾਂ ਪਾਣੀ ਲੈ ਕੇ ਆ ਗਏ ਇਹਨਾਂ ਵਾਸਤੇ ਅਤੇ ਇਹਨਾਂ ਨੂੰ ਪਾਣੀ ਯਾਰ ਇੱਕ ਵਾਰੀ ਪਾ ਦਈਏ ਹਾਂ ਬਈ ਲਓ ਬਈ ਲਓ ਜੀ ਠੀਕ ਹੈ ਜੀ ਚਲੋ ਛਕੋ ਜੀ ਫਿਰ ਪਾਣੀ ਅਤੇ ਨਾਲ ਰੋਟੀ ਰੋਟੀ ਆਪਾਂ ਇੱਥੇ ਭੋਰ ਦਿੱਤੀ ਸੀ ਇਹਨਾਂ ਨੂੰ ਦਾਣੇ ਵੀ ਯਾਰ ਪਾਉਣੇ ਆ ਜਿੱਦਾਂ ਕਦੇ ਦਾਣੇ ਵੀ ਨਾਲ ਹੀ ਪਾ ਦਿੰਦੇ ਹਾਂ ਚੱਲਦੇ ਯਾਰ ਪਹਿਲਾਂ ਆਪਾਂ ਮਾਸਟਰ ਗਏ ਅਤੇ ਯਾਰ ਪਹਿਲਾਂ ਦੇਖੀਏ ਬੱਜਿਸ ਦਾ ਕੀ ਹਾਲ ਆ ਚੱਲਦੇ ਅੰਦਰ ਆ ਜਾਓ ਬਈ ਸਾਰੇ ਫਿਰ ਚੱਲਦੇ ਹਾਂ ਜੀ ਮਾਸਟਰ ਗਏ ਦੇ ਅੰਦਰ ਅਤੇ ਇੱਥੇ ਕੱਲ੍ਹ ਤੱਕ ਦੇਖਿਆ ਸੀ ਆਪਾਂ ਕਿ ਸਾਡੀਆਂ ਮਟਕੀਆਂ ਦੋਨਾਂ ਮਟਕੀਆਂ ਵਿੱਚ ਆਂਡੇ ਦਿੱਤੇ ਸੀ ਇੱਕ ਵਾਈਟ ਵਾਲੀ ਬੱਜਿਸ ਦੀ ਸੀ ਅਤੇ ਇੱਕ ਗ੍ਰੀਨ ਜੈਲੋ ਵਾਲੀ ਇੰਨੇ ਪੇਅਰ ਨੇ ਆਂਡੇ ਦਿੱਤੇ ਆ ਅਤੇ ਹੁਣ ਆਪਾਂ ਦੇਖਦੇ ਹਾਂ ਯਾਰ ਚੈੱਕ ਕਰਦੇ ਹਾਂ ਕਿਹੜੇ ਕਿਹੜੇ ਵਿੱਚ ਆਂਡੇ ਹੈਗੇ ਆ ਚੱਲ ਵੀ ਤੂੰ ਤਾਂ ਅੰਦਰ ਹੀ ਚੱਲ ਗਈ ਨਾ ਅਤੇ ਹਾਂ ਆਹ ਦੇਖੋ ਤੁਸੀਂ ਚਾਰ ਆਂਡੇ ਇੱਥੇ ਦਿੱਤੇ ਹੋਏ ਆ ਅਤੇ ਬੱਜਿਸ ਵਿੱਚ ਹੀ ਆ ਠੀਕ ਆ ਜੀ ਆਹ ਦੇਖੋ ਪੂਰੀ ਲਾਈਟ ਹੋ ਗਈ ਆਪਾਂ ਉੱਪਰੋਂ ਚੱਕਤੀ ਆ ਜੀ ਢੱਕਣ ਨਹੀਂ ਵੀ ਵਿੱਚ ਰਿਹਾ ਤੂੰ ਅਤੇ ਆਪਾਂ ਇੱਧਰ ਚੱਲਦੇ ਹੁਣ ਅਤੇ ਬਾਕੀਆਂ ਦੇ ਵਿੱਚ ਤਾਂ ਕਿਸੇ ਵਿੱਚ ਨਹੀਂ ਹੈਗੀ ਅਤੇ ਇਹ 'ਚ ਦੇਖਦੇ ਯਾਰ ਇਹਦੇ ਵਿੱਚ ਕੱਲ੍ਹ ਤੱਕ ਇੱਕ ਹੀ ਅਤੇ ਅੱਜ ਵੀ ਇੱਕ ਹੀ ਅੰਡਾ ਵਾ ਸੋ ਚੰਗੀ ਗੱਲ ਆ ਯਾਰ ਬਹੁਤ ਵਧੀਆ ਗੱਲ ਆ ਉਹ ਯਾਰ ਬਾਹਰ ਕੀ ਆ ਗਿਆ ਇੱਕ ਮਿੰਟ ਕੁਛ ਹੋਇਆ ਜੀ ਕੋਈ ਗੜਬੜ ਯਾਰ ਹੁੰਦੀ ਹੈ ਵਾਰ ਵਾਰ ਕਿਉਂ ਹੁੰਦੀ ਆ ਸਮਝ ਨਹੀਂ ਆ ਰਹੀ ਯਾਰ ਕਬੂਤਰ ਉੱਪਰ ਬੈਠੇ ਆ ਕੀ ਗੱਲ ਹੋ ਗਈ ਬਾਈ ਬਾਈ ਡੇਲੀ ਇੱਦਾਂ ਕੁਛ ਨਾ ਕੁਛ ਹੁੰਦਾ ਵਾ ਕਿ ਮੈਨੂੰ ਲੱਗਦਾ ਕਿ ਬਿੱਲੀ ਦੇ ਨਹੀਂ ਕਿਤੇ ਯਾਰ ਡਰ ਹੀ ਲੱਗਦਾ ਯਾਰ ਕਿਤੇ ਬਿੱਲੀ ਨਾ ਆ ਜਾਏ ਯਾਰ ਚਲੋ ਕੋਈ ਨਾ ਕੁਛ ਨਹੀਂ ਹੈਗਾ ਫਿਲਹਾਲ ਤਾਂ ਠੀਕ ਹੀ ਓਕੇ ਆ ਸਾਰਾ ਕੁਝ ਅਤੇ ਇੱਥੇ ਸਾਡੇ ਗਿੰਨੀ ਪਿੰਗ ਯਾਰ ਮੁਰਗੀਆਂ ਨੇ ਦੇਖੋ ਕੀ ਬਣਾ ਦਿੱਤਾ ਅੰਦਰ ਪੂਰਾ ਖੋਰੂ ਪਾ ਦਿੰਦੀਆਂ ਵਿਚਾਰੇ ਡਰ ਕੇ ਇੱਕ ਸਾਈਡ ਦਿੱਤੇ ਹੋ ਜਾਂਦੇ ਆ ਅਤੇ ਮੁਰਗੀਆਂ ਸਾਰੀਆਂ ਖਲਾਰਾ ਖਲੂਰਾ ਪਾ ਕੇ ਗਾਂ ਜਾਂਦੀਆਂ ਵਾ ਸੋ ਚਲੋ ਕੋਈ ਨਾ ਤੁਹਾਨੂੰ ਵੀ ਦਾਣੇ ਦਾਣੇ ਪਾਉਂਦੇ ਹਾਂ ਅੱਜ ਜੀ ਸੋ ਚਲੋ ਆਪਾਂ ਚੱਲਦੇ ਹਾਂ ਫਿਰ ਇੱਧਰ ਹੀ ਸਾਡੇ ਦਾਣੇ ਦੂਣੇ ਪਾ ਦਈਏ ਇਹਨਾਂ ਨੂੰ ਲਓ ਬਾਈ ਜੀ ਦਾਣੇ ਆ ਗਏ ਇਹਨਾਂ ਦੇ ਓਏ ਕੀ ਗੱਲ ਯਾਰ ਇੱਧਰ ਫਿਰ ਕੋਈ ਗੜਬੜਾ ਯਾਰ ਇੱਥੇ ਕੀ ਚੱਕਰ ਕੀ ਪਿਆ ਗਿਆ ਹੈਂ ਯਾਰ ਇੱਥੇ ਤਾਂ ਕੁੱਕੜ ਵੀ ਨਹੀਂ ਕੋਈ ਹੈਗਾ ਇਹ ਕਿਉਂ ਡਰ ਰਹੀ ਯਾਰ ਯਾਰ ਵਾਰ ਵਾਰ ਕੁਛ ਨਾ ਕੋਈ ਗੜਬੜ ਹੋ ਰਹੀ ਆ ਬਿੱਲੀ ਬੁੱਲੀ ਇੱਥੇ ਤਾਂ ਕੋਈ ਲੱਗਦੀ ਨਹੀਂ ਹੈਗੀ ਪਰ ਫਿਰ ਵੀ ਕੋਈ ਚੱਕਰ ਪਤਾ ਨਹੀਂ ਲੱਗਦਾ ਯਾਰ ਇਹਨਾਂ ਦਾ ਆ ਹੁਣ ਇਹ ਉੱਥੋਂ ਜਿਹੜੀ ਮੁਰਗੀ ਆਈ ਆ ਭੱਜੇ ਦਿਨ ਦੇਖਿਆ ਉੱਥੇ ਕੁਛ ਵੀ ਨਹੀਂ ਹੈਗਾ ਨਾ ਉੱਥੇ ਇੱਕ ਰੈਬਿਟ ਹੈਗਾ ਸੀ ਰੈਬਿਟ ਵੀ ਹੁਣ ਆਇਆ ਵਾ ਅਤੇ ਮੁਰਗੀ ਚਲੋ ਕੋਈ ਨਾ ਆਪਾਂ ਯਾਰ ਇੱਥੇ ਦਾਣੇ ਪਾਉਣ ਲੱਗੇ ਸੀ ਅਤੇ ਉਹ ਪਾ ਦਈਏ ਆ ਜਾਓ ਬਈ ਸਾਰੇ ਫਿਰ ਚਲੋ ਬਈ ਚਲੋ ਚਲੋ ਖਾਓ ਬਈ ਆ ਜਾਓ ਬਈ ਆ ਜਾਓ ਸਾਰੇ ਆਓ 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 ਚਲੋ ਆ ਜਾਂਦੀ ਹੈ ਯਾਰ ਇੱਥੇ ਸਾਡਾ ਜੈਲਦਾਰ ਕਬੂਤਰ ਦੇਖੋ ਇਹ ਵੀ ਉੱਡੂ ਉੱਡੂ ਕਰਦਾ ਵੀ ਸ਼ਾਇਦ ਮੈਂ ਉੱਡੀ ਜਾਣਾ ਵਾ ਆਹ ਦੇਖੋ ਹੈ ਨਾ ਖੰਭ ਫੈਲਾਉਂਦਾ ਵੀ ਸ਼ਾਇਦ ਇਹ ਹੋ ਸਕਦਾ ਵੀ ਮੈਂ ਉੱਡ ਜਾਂ ਪਰ ਨਹੀਂ ਜੇ ਇੰਨੀ ਨਹੀਂ ਮੱਕੀ ਇਹਦੇ ਖੰਭ ਕੱਟੇ ਹੋਏ ਆ ਸੋ ਇਸ ਕਰਕੇ ਨਹੀਂ ਉੱਡ ਪਾ ਰਿਹਾ ਹੈਗਾ ਬਾਕੀ ਕਬੂਤਰ ਉੱਪਰ ਬੈਠ ਗਏ ਆ ਇਹਨਾਂ ਨੂੰ ਦੇਖ ਕੇ ਫਿਰ ਕਬੂਤਰ ਦਾ ਧਿਆਨ ਹੁੰਦਾ ਕਿ ਮੰਮੀ ਉੱਪਰ ਜਾਵਾਂ ਬਾਈ ਜੀ ਇਹਦੇ ਸਾਡੇ ਲਾਭੜ ਲਾਭੜ ਯਾਰ ਹੁਣ ਵਿਚਾਰੇ ਇੱਕ ਸਾਈਡ 'ਤੇ ਆ ਅਤੇ ਇਹਨਾਂ 'ਤੇ ਤਰਸ ਜਿਹਾ ਆਉਂਦਾ ਯਾਰ ਇਹਨਾਂ ਨੂੰ ਨਾਲ ਇਹਨਾਂ 'ਤੇ ਮਿਕਸ ਕਰਦੀ ਹੈ ਪਰ ਇਹ ਨਾਲ ਰਹਿਣ ਵਾਲੇ ਨਹੀਂ ਹੈਗੇ ਇਸ ਕਰਕੇ ਆਪਾਂ ਇਹਨਾਂ ਨੂੰ ਸਾਈਡ 'ਤੇ ਰੱਖਿਆ ਵਾ ਇੱਧਰ ਸਾਡਾ ਰੈਬਿਟ ਵੀ ਤੁਸੀਂ ਦੇਖੋ ਛੋਟਾ ਜਿਹਾ ਪਾਣੀ ਪੀਣ ਆਇਆ ਯਾਰ ਹੈ ਨਾ ਕਿੰਨੀ ਦੂਰ ਉੱਧਰੋਂ ਕਿੰਨੀ ਦੂਰ ਪਾਣੀ ਪੀਣ ਆਇਆ ਇੱਥੇ ਅਤੇ ਇੱਥੇ ਸਾਡੀਆਂ ਬੱਜਿਸ ਵੀ ਦੇਖੋ ਤੁਸੀਂ
ਪੀਰ ਖਾਣ ਆ ਗਏ ਕਿਉਂਕਿ ਇਹਨਾਂ ਨੂੰ ਪੀਰ ਆਪਾਂ ਪਾ ਦਿੱਤੀ ਹੋਈ ਆ ਅਤੇ ਸਾਰੀਆਂ ਬੜੇ ਮਜ਼ੇ ਨਾਲ ਖਾ ਰਹੀਆਂ ਵਾਂ ਅਤੇ ਇੱਧਰ ਛੱਡ ਸਕਦੀਆਂ ਉਹ ਦੇਖੋ ਯਾਰ ਇੱਕ ਉਹ ਬਜੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵਾਂ ਅਤੇ ਤੁਸੀਂ ਦੇਖ ਸਕਦੇ ਯਾਰ ਉਹ ਨਾ ਅੰਦਰ ਇੱਕ ਇੱਕ ਬੱਠੀ ਹੋਈ ਹੈ ਵਿੱਚ ਇਹਦਾ ਮਤਲਬ ਕਿ ਇਹਨਾਂ ਨੇ ਮਟਕੀ ਇਹਦੇ ਵਿੱਚ ਵੀ ਮਲਣੀ ਸ਼ੁਰੂ ਕਰ ਦਿੱਤੀ ਮੈਂ ਤੁਹਾਨੂੰ ਇੱਧਰੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਵਾਂ ਅਤੇ ਜਿਹੜੀ ਰੈੱਡ ਵਾਲੀ ਮਟਕੀ ਆ ਉਹ ਦੇਖੋ ਨਿਕਲਣ ਵਿੱਚੋਂ ਹਾਂ ਆਪਾਂ ਇਹਦੇ ਵਿੱਚ ਦੇਖੇ ਨਹੀਂ ਕਿਉਂ ਸਦਾ ਇਹਨੇ ਅੰਡ ਵੀ ਦਿੱਤੇ ਹੁਣ ਅਤੇ ਆਪਾਂ ਅੰਦਰ ਜਾ ਕੇ ਨਹੀਂ ਦੇਖਣਾ ਹੈਗਾ ਹੁਣ ਚਲੋ ਕੋਈ ਨਹੀਂ ਆਪਾਂ ਕੱਲ੍ਹ ਨੂੰ ਦੇਖ ਲਾਂਗੇ ਇੱਧਰਲੀ ਸਾਈਡ ਵਾਲੀ ਜਿਹੜੀ ਉਹ ਵੀ ਦੇਖੋ ਤੁਸੀਂ ਉਹ ਵੀ ਗ੍ਰੀਨ ਵਾਲੀ ਵਿੱਚ ਮਟਕੀ ਤੋਂ ਬਾਹਰ ਨਿਕਲ ਕੇ ਬੈਠੀ ਹੋਈ ਹੈ ਅੱਧੀ ਕੁ ਸੋ ਇਹਨਾਂ ਨੇ ਸਾਰਿਆਂ ਨੂੰ ਯਾਰ ਹੁਣ ਅੰਡੇ ਇਕੱਠਿਆਂ ਨੇ ਦੇਣੇ ਆ ਅਤੇ ਦੇਖਿਓ ਫਿਰ ਕਿੰਨੇ ਵਧੀਆ ਨਜ਼ਾਰੇ ਆਉਂਦੇ ਜੀ ਮੌਜਾਂ ਆਉਣਗੀਆਂ ਆਹ ਦੇਖੋ ਇੱਧਰ ਸਾਡੀਆਂ ਬਜੇ ਵਧੀਆ ਲੱਗਦਾ ਯਾਰ ਕਾਫੀ ਹੈ ਨਾ ਅਤੇ ਥੋੜ੍ਹਾ ਸਾਰਾ ਤੋਂ ਡਰਦੀਆਂ ਵਾ ਆਪਾਂ ਜੋ ਲੱਗ ਗਏ ਹੁੰਦੇ ਹਾਂ ਕਿਉਂਕਿ ਸਾਡੀ ਆਦਤ ਹੈ ਨਹੀਂ ਇਹਨਾਂ ਨੂੰ ਅਤੇ ਬਾਈ ਦਵੇ ਲਾਗੇ ਜਾ ਕੇ ਯਾਰ ਜੋ ਮਜ਼ਾ ਵਾ ਨਾ ਇਹਨਾਂ ਦੇ ਸੋ ਬਹੁਤ ਵਧੀਆ ਲੱਗਦੀਆਂ ਜੇ ਲਾਗੇ ਜਾ ਕੇ ਆਪਾਂ ਦੇ ਡਰਨ ਨਾ ਤੇ ਠੀਕ ਹੈ ਜੀ ਬਾਕੀ ਤੁਸੀਂ ਇੱਧਰ ਦੇਖਿਆ ਆਪਾਂ ਮਤਲਬ ਕਿ ਇਹਨਾਂ ਦੇ ਥੱਲੇ ਆਂਡੇ ਤਾਂ ਪਾਤੇ ਆ ਪਰ ਇਹ ਆ ਵੀ ਰੋਲਾ ਪਾਉਣ ਹਾਲੇ ਵੀ ਨਹੀਂ ਹਟੀ ਹੈਗੀ ਬੈਠ ਜਾਂਦੀ ਫਿਰ ਉੱਠਣ ਦਾ ਨਾਂ ਨਹੀਂ ਬਿਲਕੁਲ ਲੈਂਦੀ ਹੈਗੀ ਅਤੇ ਇੱਧਰ ਤੋਂ ਤੁਸੀਂ ਦੇਖੀ ਹੈ ਇਹ ਤਾਂ ਬਿਲਕੁਲ ਸ਼ਾਂਤਮਈ ਬੈਠਦੀ ਜਿਹੜੀ ਸਾਡੀ ਮੁਰਗੀ ਇੱਧਰ ਵਾਲੀ ਆ ਅਤੇ ਕਾਫੀ ਵਧੀਆ ਬੈਠਦੀ ਆ ਠੀਕ ਹੈ ਜੀ ਆਹ ਦੇਖੋ ਮੁਰਗੀ ਮਤਲਬ ਕਿ ਜਿਹੜਾ ਰੋਲਾ ਵਾਲੀ ਜਿਹੜਾ ਰੋਲਾ ਪਾਉਂਦੀ ਪੂਰਾ ਠੀਕ ਹੈ ਜੀ ਅਤੇ ਇਹ ਮੁਰਗੀ ਸਾਡੀ ਦੂਜੀ ਜਿਹੜੀ ਬੜੀ ਸ਼ਾਂਤਮਈ ਬੈਠਦੀ ਆ ਸੋ ਦੇਖਦੇ ਹਾਂ ਕਿ ਇਹਨਾਂ ਦੇ ਵਿੱਚੋਂ ਬੱਚੇ ਕਿਹੜੇ ਜਲਦੀ ਤਾਂ ਨਹੀਂ ਕਹਿ ਸਕਦੇ ਹੈਗੇ ਕਿਉਂਕਿ ਇਹਦੇ ਦੋ ਚਾਰ ਪੰਜ ਦਿਨ ਪਹਿਲਾਂ ਆਪਾਂ ਇਹਦੇ ਥੱਲੇ ਪਾਤੇ ਸੀ ਅਤੇ ਕੱਲ੍ਹ ਦੇ ਇਹਦੇ ਥੱਲੇ ਪਾਏ ਆ ਅਤੇ ਹੁਣ ਦੇਖਦੇ ਹਾਂ ਫਿਰ ਇਹਨਾਂ ਸੰਭਾਲ ਤੁਹਾਨੂੰ ਕਰਨੀ ਪੈਣੀ ਆ ਸੋ ਅਤੇ ਤੁਸੀਂ ਅੱਜ ਦੇਖਿਆ ਕਿ ਯਾਰ ਅੱਜ ਬਾਰਿਸ਼ ਵੀ ਹੋਈ ਆ 2 ਘੰਟੇ ਪਹਿਲੇ ਦੀ ਗੱਲ ਵਾ ਅਤੇ ਬਾਰਿਸ਼ ਹੋ ਗਈ ਆ ਬਾਰਿਸ਼ ਯਕਦਮ ਹੀ ਹੋਈ ਆ ਲੇਕਿਨ ਬਹੁਤ ਜ਼ਿਆਦਾ ਤਾਂ ਨਹੀਂ ਹੋਈ ਕਹਿ ਸਕਦੇ ਆਪਾਂ ਇੱਕ ਵਾਰੀ ਪੂਰਾ ਗਿੱਲਾ ਹੀ ਹੋਇਆ ਵਾ ਕਿ ਫਰਸ਼ ਫੁਰਸ਼ ਕਹਿ ਸਕਦੇ ਹਾਂ ਜ਼ਿਆਦਾ ਬਹੁਤ ਜ਼ਿਆਦਾ ਬਾਰਿਸ਼ ਨਹੀਂ ਹੋਈ ਹੈਗੀ ਲੇਕਿਨ ਗਰਮੀ ਅਜੇ ਇੰਨੀ ਕੁ ਜ਼ਿਆਦਾ ਸੀ ਕਿ ਰਿਕਾਰਡ ਤੋੜ ਵੀ ਜਿੱਦਾਂ ਕਹਿ ਸਕਦੇ ਹਾਂ ਕਿਉਂਕਿ ਹਵਾ ਬਿਲਕੁਲ ਨਹੀਂ ਸੀ ਅਤੇ ਪਸੀਨਾ ਹੀ ਆਈ ਜਾ ਰਿਹਾ ਸੀ ਅਤੇ ਓਏ ਓਏ ਕੀ ਗੱਲ ਆ ਯਾਰ ਇਹ ਮੁਰਗੀ ਵਾਕਿਆ ਬਹੁਤ ਖਤਰਨਾਕ ਆ ਆਹ ਦੇਖੋ ਇੱਧਰ ਸਾਡੇ ਗਮਲਿਆਂ ਦੀ ਮਿੱਟੀ ਖਾ ਗਏ ਜੀ ਸਾਰੀ ਹੈ ਆਹ ਉਹ ਤੁਹਾਨੂੰ ਦਿਖਾਲਦਾ ਯਾਰ ਗਮਲਿਆਂ ਦੀ ਮਿੱਟੀ ਤਾਂ ਚਲੋ ਖਾਧੀ ਖਾਧੀ ਤੁਸੀਂ ਦੇਖ ਹੀ ਲੈਣੀ ਆ ਆਹ ਤੁਸੀਂ ਦੇਖ ਸਕਦੇ ਹੋ ਕਿ ਥਰਮੋਕੋਲ ਦਾ ਕਿੱਡਾ ਵੱਡਾ ਡੱਬਾ ਇਹਦੇ ਵਿੱਚ ਮਿੱਟੀ ਪਾ ਕੇ ਆਪਾਂ ਬੂਟਾ ਲਗਾਇਆ ਇਹਦੇ ਵਿੱਚ ਅਤੇ ਇਹ ਸਾਡੇ ਕਬੂਤਰ ਜਾਨਣ ਠੀਕ ਹੈ ਜੀ ਸਾਰਾ ਹੀ ਡੱਬਾ ਖਾ ਗਏ ਆ ਅਤੇ ਉਹਦੀ ਮਿੱਟੀ ਵਿੱਚ ਜਿਹੜੀ ਉਹ ਵੀ ਅੱਧੀ ਹੋ ਗਈ ਆ ਇੰਨਾ ਮਤਲਬ ਕਿ ਕੰਪਲੀਟ ਹੀ ਕਰ ਗਏ ਕਵਰ ਹੀ ਕਰ ਗਏ ਇੰਨਾ 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 ਖਾ ਲੈਂਦੇ ਵੇਖ ਲਓ ਉਹ ਬਾਈ ਜੀ ਕਬੂਤਰ ਵੀ ਸਾਡੇ ਉੱਡਣ ਲੱਗ ਗਏ ਆ ਨਜ਼ਾਰਾ ਲੈ ਰਹੇ ਆ ਜੀ ਠੰਡੇ ਮੌਸਮ ਦਾ ਕਾਫੀ ਵਧੀਆ ਲੱਗਦਾ ਜਦੋਂ ਕਬੂਤਰ ਉੱਡਦੇ ਆ ਅਤੇ ਚਲੋ ਆਪਾਂ ਇੱਦਾਂ ਕਰਦੇ ਹਾਂ ਯਾਰ ਜਿੰਨੇ ਕਬੂਤਰ ਉੱਡਦੇ ਆ ਨਾ ਪੜ੍ਹਦੇ ਹਾਂ ਤੁਹਾਡੇ ਕਮੈਂਟ ਆਪਾਂ ਅਤੇ ਬਾਈ ਜੀ ਜਿਹੜਾ ਪਹਿਲਾਂ ਕਮੈਂਟ ਕੀਤਾ ਸੀ ਉਹ ਵੀਰ ਜੀ ਕੀਤਾ ਸੀ ਬ੍ਰਹਮਟਮ ਵਾਲੇ ਜਿਹੜੇ ਵੀਰ ਜੀ ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਕਮੈਂਟ ਕਰਦੇ ਹੋ ਡੇਲੀ ਤੁਸੀਂ ਅਤੇ ਹੋਰ ਕਿਵੇਂ ਹੋ ਠੀਕ ਠਾਕ ਵੀਰ ਜੀ ਅਗਲਾ ਕਮੈਂਟ ਕੀਤਾ ਜੀ ਸਿਮਰਨ ਵੀਰ ਜੀ ਨੇ ਹੋਰ ਜੀ ਸਿਮਰਨ ਜੀ ਕਿਵੇਂ ਹੋ ਹੋਰ ਠੀਕ ਠਾਕ ਹੋ ਅਤੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਥੈਂਕ ਯੂ ਜੀ ਅਗਲਾ ਜੋ ਕਮੈਂਟ ਹੈ ਉਹ ਜੀ ਹੈਗਾ ਰਣਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਥੈਂਕ ਯੂ ਜੀ ਹੋਰ ਵੀਰ ਜੀ ਕਿਵੇਂ ਹੋ ਠੀਕ ਠਾਕ ਹੋ ਵੀਰ ਜੀ ਅਗਲਾ ਜੋ ਕਮੈਂਟ ਕੀਤਾ ਜੀ ਗਗਨ ਜੀ ਨੇ ਸੋ ਇਹ ਵੀਰ ਜੀ ਕਹਿ ਰਹੇ ਕਿ ਕਬੂਤਰਾਂ ਜਿਹੜੇ ਖੁੱਡੇ ਆ ਛੋਟੇ ਆ ਵੀਰੇ ਛੋਟੇ ਨਹੀਂ ਆਪਾਂ ਥੋੜ੍ਹੀਆਂ ਇੱਟਾਂ ਵਿੱਚ ਅਗਲੇ ਬੰਨੇ ਲਾਈਆਂ ਸੀ ਤਾਂ ਕਿ ਉਹਨਾਂ ਦੇ ਵਿੱਚੋਂ ਮੁਰਗੇ ਨਾ ਅੰਡੇ ਚੁੱਕਣ ਅਤੇ ਜਾਂ ਥੱਲੇ ਆਂਡੇ ਨਾ ਡਿੱਗਣ ਇਸ ਕਰਕੇ ਬਾਕੀ ਖੁੱਡੇ ਵੱਡੇ ਆ ਬਾਕੀ ਕਮੈਂਟ ਕਰਨ ਦੇ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਥੈਂਕ ਯੂ ਜੀ ਅਗਲਾ ਜੋ ਕਮੈਂਟ ਆ ਜੀ ਐੱਚ ਐੱਸ ਭੁੱਲਰ ਲੁਧਿਆਣਾ ਜੀ ਤੋਂ ਆਈ ਮੀਨ ਲੁਧਿਆਣੇ ਤੋਂ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਥੈਂਕ ਯੂ ਹੋਰ ਸੁਣਾਓ ਕਿਵੇਂ ਹੋ ਠੀਕ ਠਾਕ ਵੀਰ ਜੀ ਰਣਜੀਤ ਸਿੰਘ ਜੀ ਅੰਮ੍ਰਿਤਸਰ ਤੋਂ ਹੋਰ ਕਿਵੇਂ ਵੀਰ ਜੀ ਠੀਕ ਠਾਕ ਹੋ ਬਹੁਤ ਬਹੁਤ ਸ਼ੁਕਰੀਆ ਜੀ ਬਚਨਪਾਲ ਜੀ
ਬਚਨ ਪਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਹੋਰ ਕਿਵੇਂ ਹੋ, ਠੀਕ ਠਾਕ ਹੋ ਵੀਰ ਜੀ? ਜੋ ਕਮੈਂਟ ਕੀਤਾ ਜੀ ਅਮਨ ਮਾਨ ਜੀ ਨੇ, ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ। ਜੱਜ ਵੀਰ ਸਿੰਘ ਬੁੱਟਰ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਹੋ ਸਕਦਾ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਕਮੈਂਟ ਕੀਤਾ ਵਾ, ਬਾਕੀ ਬਹੁਤ ਬਹੁਤ ਤੁਹਾਡਾ ਥੈਂਕਸ, ਠੀਕ ਹੈ ਜੀ। ਅੱਜ ਦਾ ਜੋ ਲਾਸਟ ਕਮੈਂਟ ਹੈ ਜੀ, ਸਾਬੀ ਐਚ ਡੀ ਸਟੂਡੀਓ ਘੁਮਾਣ, ਸੋ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ, ਜਿਹੜੇ ਸਾਨੂੰ ਇੰਨਾ ਪਿਆਰ ਦੇ ਰਹੇ ਹੋ, ਸਾਰੇ ਕਮੈਂਟ ਕਰ ਰਹੇ ਹੋ, ਅਤੇ ਜਿਹੜੇ ਵੀ ਨਹੀਂ ਕਮੈਂਟ ਕਰਦੇ ਉਹਨਾਂ ਦਾ ਵੀ ਦਿਲੋਂ ਸ਼ੁਕਰੀਆ ਕਰਦੇ ਹਾਂ ਜੀ। ਬਾਕੀ ਬਹੁਤ ਬਹੁਤ ਪਿਆਰ ਦੇ ਰਹੇ ਹੋ, ਸੋ ਇੱਦਾਂ ਹੀ ਪਿਆਰ ਦਿੰਦੇ ਰਹੋ ਜੀ। ਸੋ ਇਹ ਸੀ ਜੀ ਅੱਜ ਦੀ ਸਾਡੀ ਵੀਡੀਓ, ਸੋ ਉਮੀਦ ਕਰਦੇ ਕਿ ਤੁਹਾਨੂੰ ਵਧੀਆ ਲੱਗੀ ਹੋਏਗੀ। ਵਧੀਆ ਲੱਗੀ ਤਾਂ ਲਾਈਕ ਕਰ ਦੇਣਾ ਚੈਨਲ, ਅਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਕਰੋ ਸ਼ੇਅਰ। ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਤੇ, ਓਕੇ ਜੀ, ਬਾਏ।